ਪੁਲਿਸ ਪਾਰਟੀ ਨੂੰ ਇੱਕ ਮੁਖਬਰ ਨੇ ਤਲਾਹ ਦਿੱਤੀ ਸੀ, ਮੁਖਬਰੀ ਦਿੱਤੀ ਸੀਗੀ ਵੀ ਜਿਹੜਾ ਕੁਲਦੀਪ ਇਲੀਸ ਗੋਰਾ ਗਾ ਉਹ ਅਤੇ ਉਹਦੇ ਦੋ ਸਾਥੀ ਹੈਗੇ ਉਹ ਜਿਹੜੇ ਸ਼ਰਾਬ ਦੀ ਜਿਹੜੀ ਨਜਾਇਜ਼ ਸ਼ਰਾਬ ਲੈ ਕੇ ਬਾਹਰਲੀਆਂ ਸਟੇਟਾਂ 'ਚੋਂ ਜਾਂ ਇੱਧਰੋਂ ਉੱਧਰੋਂ ਲੈ ਕੇ ਵੇਚਦੇ ਆ, ਜਿਹਦੇ 'ਤੇ ਅਸੀਂ ਪਰਚਾ ਦਰਜ ਕਰਕੇ ਜਿਹੜੀ ਤਫਤੀਸ਼ ਅਮਲ 'ਚ ਲਿਆਂਦੀ, ਜਿਹਦੇ 'ਤੇ ਅਸੀਂ 57 ਜਿਹੜੀਆਂ ਪੇਟੀਆਂ ਸ਼ਰਾਬ ਹੈਗੀ ਉਹਦੇ ਜਿਹੜਾ ਕੁਲਦੀਪ ਗੋਰੇ ਦੇ ਘਰੋਂ ਰਿਕਵਰ ਕੀਤੀ ਆ। ਬਾਕੀ ਤਫਤੀਸ਼ ਚੱਲ ਰਹੀ ਆ, ਦੌਰਾਨੇ ਤਫਤੀਸ਼ ਜੋ ਵੀ ਤੱਤ ਸਾਹਮਣੇ ਆਉਣਗੇ ਉਹਦੇ ਮੁਤਾਬਕ ਪਾਬੰਦੀ ਕਰ ਰਹੀ ਆ। ਜਿਹੜੇ ਦੋਸ਼ੀ ਆ ਉਹ ਵੀ ਪਕੜੇ ਗਏ? ਨਹੀਂ, ਦੋਸ਼ੀ ਹਜੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਆ, ਜਲਦੀ ਕਾਬੂ ਕਰ ਲਏ ਜਾਣਗੇ।